ਆਪਣੇ ਜਲੰਧਰ ਵਿਆਸ ਦਾ ਪੂਰੇ ਪੰਜਾਬ ਦਾ ਵਿਕਾਸ ਕਰਾਵਾਂਗਾ। ਬਹੁਤ ਬਹੁਤ ਧੰਨਵਾਦ ਜੀ। ਅਗਰਵਾਲ ਸਾਹਿਬ, ਤੁਹਾਡੇ ਭਾਈ ਸਾਹਿਬ ਦੁਬਾਰਾ ਉਹੀ ਚੋਣ ਮੈਦਾਨ 'ਚ ਉਤਰੇ ਹੋਏ ਨੇ, ਕਿਸ ਤਰ੍ਹਾਂ ਦੇ ਮਾਹੌਲ ਹੈ ਫਿਲਹਾਲ? ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਹਜੂਮ, ਲੋਕਾਂ ਦਾ ਪਿਆਰ ਇੰਨੀ ਗਰਮੀ 'ਚ। ਔਰ ਸਭ ਤੋਂ ਵੱਡੀ ਗੱਲ ਹੈ, ਇਹ ਸਾਡਾ ਜਿਹੜਾ ਇਲਾਕਾ ਹੈ ਨਾ, ਇਹ ਟੋਟਲੀ ਉਹਨਾਂ ਲੋਕਾਂ ਦਾ ਜਿਹੜੇ ਲੋਕ ਹਾਰਡ ਵਰਕ ਕਰਦੇ ਆ, ਮਤਲਬ ਵਰਕਿੰਗ ਇਲਾਕਾ, ਫਿਰ ਵੀ ਲੋਕ ਐਡੀ ਬੜੀ ਤਾਦਾਦ 'ਚ ਆਏ ਨੇ, ਇਹ ਲੋਕਾਂ ਦਾ ਪਿਆਰ ਹੈ। ਔਰ ਇਸੇ ਇਲਾਕੇ ਤੋਂ ਮਹਿੰਦਰ ਭਗਤ ਨੂੰ ਖੜਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ। ਮਹਿੰਦਰ ਭਗਤ ਨੂੰ ਲੋਕ ਪਹਿਲਾਂ ਨਿਕਾਰ ਚੁੱਕੇ ਆ। ਮਹਿੰਦਰ ਭਗਤ ਇੱਕੋ ਵਿਅਕਤੀ ਆ ਜਿਹੜਾ, ਤੁਸੀਂ ਫਿਲਮ ਦੇਖੀ ਸੀ ਗਜਨੀ, ਉਹ ਇੱਕ ਗਜਨੀ ਦਾ ਦੂਸਰਾ ਪਾਰਟ ਹੈ ਜਿਹੜਾ ਥੋੜ੍ਹੀ ਦੇਰ ਬਾਅਦ ਆਪਣੀ ਕੀਤੀ ਹੋਈ ਗੱਲ ਭੁੱਲ ਜਾਂਦਾ, ਉਹ ਲੋਕਾਂ ਦੇ ਵਿਕਾਸ ਕਿੱਦਾਂ ਕਰੇਗਾ। ਅੱਛਾ, ਅੰਗੁਰਾਲ ਸਾਹਿਬ ਪਹਿਲਾਂ ਵੀ ਇੱਥੇ ਰਹੇ ਨੇ, ਹੁਣ ਉਹ ਵਾਪਸ ਬੀਜੇਪੀ 'ਚ ਜਾ ਚੁੱਕੇ ਨੇ, ਲੋਕ ਉਹਨਾਂ ਨੂੰ ਸਵੀਕਾਰ ਕਰਨਗੇ? ਇਹ ਹਜੂਮ ਕੀ ਕਹਿ ਰਿਹਾ ਤੁਹਾਨੂੰ, ਤੁਹਾਨੂੰ ਕੀ ਲੱਗਦਾ? ਲੋਕਾਂ ਨੇ ਸਵੀਕਾਰ ਕਰ ਲਿਆ। ਲੋਕਾਂ ਨੂੰ ਪਤਾ ਸ਼ੀਤਲ ਅੰਗਰਾਲ ਉਹ ਵਿਅਕਤੀ ਆ ਜੋ ਸੱਚ ਦੀ ਲੜਾਈ ਲੜ ਰਿਹਾ। ਸ਼ੀਤਲ ਅੰਗਰਾਲ ਅਗਰ ਅੱਜ ਚੋਣ ਮੈਦਾਨ 'ਚ ਉਤਰਿਆ, ਉਸ ਸੱਤਾ ਨੂੰ ਠੋਕਰ ਮਾਰ ਕੇ ਆਇਆ ਜਿਹਦੇ ਲਾਲਚ ਵਿੱਚ ਲੋਕ ਕਿਤੇ ਨਾ ਕਿਤੇ ਉਹਨਾਂ ਸੱਤਾ ਬਖਸ਼ ਕੋ ਜਾਂਦੇ ਆ। ਜਿਹਦੇ ਲਾਲਚ ਵਿੱਚ ਮਹਿੰਦਰ ਭਗਤ ਉੱਧਰ ਗਿਆ, ਉਸ ਸੱਤਾ ਨੂੰ ਸ਼ੀਤਲ ਠੋਕਰ ਮਾਰ ਕੇ ਆਇਆ। ਕਿਉਂ ਮਾਰ ਕੇ ਆਇਆ? 2.5 ਸਾਲ ਇਹਨਾਂ ਲੋਕਾਂ ਨੇ ਪੰਜਾਬੀਆਂ ਦੇ ਇਮੋਸ਼ਨਸ ਨਾਲ ਖੇਡਿਆ, ਇਹਨਾਂ ਨੇ ਪੰਜਾਬੀਆਂ ਨੂੰ ਬਈ ਪਿਆਰ ਨਾਲ ਲੁੱਟਿਆ। 2.5 ਸਾਲ ਇਹਨਾਂ ਨੇ ਪੰਜਾਬੀਆਂ ਨਾਲ ਝੂਠ ਬੋਲਿਆ, ਵਿਕਾਸ ਕਰਾਵਾਂਗੇ, ਸ਼ਿਕਸ਼ਾ ਦੇਵਾਂਗੇ, ਇਲਾਜ ਕਰਾਵਾਂਗੇ, ਇਨਫਰਾਸਟ੍ਰਕਚਰ ਦੇਵਾਂਗੇ, ਔਰ ਇੱਥੇ ਤੱਕ ਨਸ਼ਾ ਖਤਮ ਕਰ ਦਾਂਗੇ। ਅੱਜ ਪੰਜਾਬ ਦੇ ਮੁਹੱਲਿਆਂ ਤੋਂ ਨਸ਼ਾ ਗਲੀ ਗਲੀ 'ਚ ਪਹੁੰਚ ਗਿਆ। ਪਰ ਇਹੀ ਗੱਲ ਹੈ ਨਾ, ਅੰਗੁਰਾਲ ਸਾਹਿਬ ਦੇ ਉੱਤੇ, ਰਿੰਕੂ ਸਾਹਿਬ ਦੇ ਉੱਤੇ ਇਲਜ਼ਾਮ ਲੱਗਦਾ ਨਸ਼ਾ ਵਿਕਾਉਣ ਦਾ, ਸਪਲਾਈ ਕਰਨ ਦਾ। ਭਾਜੀ, ਇਹ ਇਹਨਾਂ ਦਾ ਸਟੰਟ ਹੈ ਕਿ ਜਿਹੜਾ ਵਿਅਕਤੀ ਇਹਨਾਂ ਦੇ ਖਿਲਾਫ਼ ਆਵਾਜ਼ ਚੱਕੇ, ਉਹ ਨਸ਼ਾ ਵੇਚਣ ਵਾਲਾ ਵਿਅਕਤੀ ਬਣ ਜਾਂਦਾ, ਜਾਂ ਉਹ ਵਿਅਕਤੀ ਕਿਸੇ ਨਾ ਕਿਸੇ ਐਸੀ ਚੀਜ਼ ਦਾ ਪਾਰਟ ਬਣ ਜਾਂਦਾ ਜੋ ਸਮਾਜ ਨੂੰ ਬਈ ਖਰਾਬ ਕਰਨ ਵਾਲਾ ਮਾਹੌਲ ਹੁੰਦਾ। ਅੱਛਾ, ਅੰਤ ਵਿੱਚ ਆਹੀ ਪੁੱਛਾਂਗਾ ਕੀ ਮਾਹੌਲ ਹੈ, ਅੰਤ ਵਿੱਚ ਤੁਸੀਂ ਦੱਸ ਦਿਓ ਕਿ ਭਾਈ ਸਾਹਿਬ ਤੁਹਾਡੇ ਜਿੱਤਣਗੇ ਕਿ ਨਹੀਂ? ਮੇਰੇ ਭਾਈ ਸਾਹਿਬ ਇਨਸਾਫ਼ ਦੀ ਲੜਾਈ ਲੜ ਰਹੇ ਆ, ਇੱਥੇ ਦੇ ਲੋਕ ਇਨਸਾਫ਼ ਪਸੰਦ ਲੋਕ ਆ, ਉਹ ਜਿੱਤਣਗੇ ਦੀ ਗੱਲ ਨਹੀਂ ਹੈਗੀ, ਉਹ ਜਿੱਤ ਚੁੱਕੇ ਆ। ਰਿੰਕੂ ਸਾਹਿਬ, ਕੀ ਹਾਲਾਤ ਨੇ ਫਿਲਹਾਲ ਸਿਆਸਤ ਦੇ, ਕਿਸ ਤਰ੍ਹਾਂ ਦੇਖ ਰਹੇ ਹੋ ਜ਼ਿਮਨੀ ਚੋਣਾਂ ਨੂੰ? ਦੇਖੋ, ਜ਼ਿਮਨੀ ਚੋਣ ਆ ਜਿਹੜੀ, ਜਿੰਨਾ ਜੋਸ਼ ਹੈ ਸਾਡੇ ਕਾਰਜਕਰਤਾ 'ਚ, ਉਹ ਜਿਸ ਤਰੀਕੇ ਦੇ ਨਾਲ ਆਪਾਂ ਜਿੱਤੇ ਹਾਂ, ਵੱਡੀ ਲੀਡ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਥੋਂ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਸਾਹਿਬ ਜਲੰਧਰ ਆ ਕੇ ਰੁਕਣ ਲਈ ਤਿਆਰ ਬਣ ਰਹੇ ਹਨ, ਉਹਨਾਂ ਨੇ ਘਰ ਕਿਰਾਏ ਤੇ ਲੈ ਲਿਆ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਉਹਨਾਂ ਦੀ ਨੱਕ ਦਾ ਸਵਾਲ ਬਣਿਆ, ਕਿਉਂਕਿ ਇਸ ਇਲੈਕਸ਼ਨ ਦੇ ਨਤੀਜੇ ਆ ਜਿਹੜੇ ਆਉਣ ਵਾਲੀ, ਜਿਹੜਾ ਆਮ ਆਦਮੀ ਪਾਰਟੀ ਦਾ ਫਿਊਚਰ ਤੈਅ ਕਰਨਗੇ। ਜਲੰਧਰ ਸੀਟ ਤਾਂ ਖੈਰ ਤੁਹਾਡੇ ਅਤੇ ਅੰਗੁਰਾਲ ਸਾਹਿਬ 'ਤੇ ਵੀ ਨੱਕ ਦਾ ਸਵਾਲ ਹੋਵੇਗਾ, ਕਿਉਂਕਿ ਦੋਵੇਂ ਸੀਟਾਂ ਤੁਹਾਡੀਆਂ ਆਪਣੀਆਂ ਰਹਿ ਚੁੱਕੀਆਂ ਦੋਵਾਂ ਦੀਆਂ। ਦੇਖੋ, ਤੁਸੀਂ ਦੇਖ ਸਕਦੇ ਲੋਕ ਇੰਨੀ ਗਰਮੀ ਦੇ ਵਿੱਚ ਜਲੰਧਰ ਵੈਸਟ ਦੇ ਕਿੰਨੇ ਚਾਵਾਂ ਦੇ ਨਾਲ ਜੁੜੇ ਆ, ਤਾਂ ਵੱਡਾ ਹੁੰਗਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੈਸਟ ਦੇ ਵਿੱਚ ਮਿਲ ਰਿਹਾ। ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਦੇ ਆਉਣ ਦਾ ਕੋਈ ਫਾਇਦਾ ਹੋਵੇਗਾ ਜਾਂ ਨਹੀਂ? ਦੇਖੋ, ਗੱਲ ਹੈ ਕਿ ਸੀਐਮ ਹੈ, ਇਹਦਾ ਫਾਇਦਾ ਵੀ ਹੋਏਗਾ, ਅਗਰ ਨਤੀਜੇ ਪੁੱਠੇ ਆ ਗਏ ਤਾਂ ਨੁਕਸਾਨ ਵੀ ਬੜਾ ਬੁਰਾ ਹੋਏਗਾ। ਆ ਸਕਦੇ ਆ, ਹਾਂਜੀ, ਪੁੱਠੇ ਨਤੀਜੇ ਆ ਸਕਦੇ ਆ? ਕਿਉਂ ਨਹੀਂ ਆ ਸਕਦੇ? ਪਹਿਲਾਂ ਜੇ ਆਏ ਹੈ, ਆ ਹੁਣ ਦੇ ਚੋਣਾਂ ਦੇ ਵਿੱਚ ਆਏ ਹੈ, ਆਮ ਆਦਮੀ ਪਾਰਟੀ ਰੂਲਿੰਗ ਦੇ ਵਿੱਚ ਰਹਿੰਦੇ ਆ ਵੀ ਤੀਜੇ ਨੰਬਰ 'ਤੇ ਚਲੇ ਗਈ, ਤਾਂ ਹੁਣ ਕਿਉਂ ਨਹੀਂ ਆ ਸਕਦੇ? ਸ਼ੀਰ ਕੁਮਾਰ ਰਿੰਕੂ ਸਾਡੇ ਨਾਲ ਮੌਜੂਦ, ਔਰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਨਤੀਜੇ ਜਿਹੜੇ ਨੇ ਉਹ ਪੁੱਠੇ ਵੀ ਆ ਸਕਦੇ ਨੇ, ਜੋ ਕੁਝ ਹੋਏਗਾ ਦੱਸਦੇ ਰਹਾਂਗੇ, ਬਣੇ ਰੋਵਾ ਇੰਡੀਆ ਪੰਜਾਬੀ ਦੇ। ਸੁਣੋ ਰਿੰਕੂ ਸਾਹਿਬ, ਕੀ ਮਾਹੌਲ ਹੈ? ਮਾਹੌਲ ਤੁਸੀਂ ਦੇਖ ਹੀ ਰਹੇ ਹੋ, ਕਿੰਨਾ ਜੋਸ਼ ਹੈ ਕਾਰਜਕਰਤਾ ਦੇ ਵਿੱਚ, ਔਰ ਕਿਉਂਕਿ ਮੋਦੀ ਸਾਹਿਬ ਨੂੰ ਲੋਕ ਪਿਆਰ ਕਰਦੇ ਆ, ਔਰ ਉਹਨਾਂ ਦੀ ਕਹਿਣੀ ਦੇ ਜਿਹੜੇ ਉਹਨਾਂ ਨੇ ਕਮਿਟਮੈਂਟ ਕੀਤੀ ਹੈ, ਜਿਹੜੀ ਵੀ ਉਹਨਾਂ ਨੂੰ ਲੋਕ ਉਹਨਾਂ 'ਤੇ ਬਿਲੀਵ ਕਰਦੇ ਆ, ਔਰ ਅੱਜ ਵੀ ਜਲੰਧਰ ਨਿਵਾਸੀ
ਇਸ ਗੱਲ ਦੇ ਉੱਤੇ ਵਿਸ਼ਵਾਸ ਕਰ ਰਿਹਾ ਕਿ ਜਿਹੜਾ ਪੈਸਾ ਸਮਾਰਟ ਸਿਟੀ ਦਾ ਜਲੰਧਰ ਦੇ ਲਈ ਲੈ ਕੇ ਆਉਣਾ ਉਹ ਭਾਰਤੀ ਜਨਤਾ ਪਾਰਟੀ ਲੈ ਕੇ ਆ ਸਕਦੀ ਹੈ। ਪਿਛਲੇ ਚੋਣ ਨਤੀਜਿਆਂ ਦੇ ਵਿੱਚ ਜੇ ਮੈਂ ਜਲੰਧਰ ਸ਼ਹਿਰ ਦੀ ਗੱਲ ਕਰਾਂ ਤਾਂ ਬਾਈ ਜਿਹੜੇ ਇਲੈਕਸ਼ਨ ਹੋਏ ਆ ਲੋਕ ਸਭਾ ਦੇ ਉਹਨਾਂ ਵਿੱਚੋਂ ਅਸੀਂ ਭਾਰਤੀ ਜਨਤਾ ਪਾਰਟੀ ਨੇ 67 ਵਾਰਡਾਂ ਜਿਹੜੀਆਂ ਜਲੰਧਰ ਸ਼ਹਿਰ ਦੀਆਂ ਉਹ ਜਿੱਤੀਆਂ ਔਰ ਅਸੀਂ ਨਗਰ ਨਿਗਮ ਬਣਾਉਣ ਲਈ ਸਕਸ਼ਮ ਹਾਂ। ਨਗਰ ਨਿਗਮ ਦੇ ਵਿੱਚ ਮੇਅਰ ਆਪਣਾ ਬਣਾਵਾਂਗੇ ਔਰ ਖੁੱਲ੍ਹੇ ਪੈਸੇ ਆ ਜਿਹੜੇ ਸਮਾਰਟ ਸਿਟੀ ਤੋਂ ਕੇਂਦਰ ਤੋਂ ਲੈ ਕੇ ਆਵਾਂਗੇ ਤਾਂ ਕਿ ਜਲੰਧਰ ਵੈਸਟ ਦੇ ਨਾਲ ਨਾਲ ਸਾਰੇ ਜਲੰਧਰ ਦੀ ਜਿਹੜੀ ਨੁਹਾਰ ਬਦਲੀ ਜਾ ਸਕੇ। ਦੇਖੀਏ ਗੱਲ ਹੈ ਕਿ ਮਹਿੰਦਰ ਭਗਤ ਹੋਣੀ ਆਲਰੇਡੀ 15 ਸਾਲ ਪਹਿਲਾਂ ਰਾਜ ਕਰ ਚੁੱਕੇ ਆ, ਵੱਖ ਵੱਖ ਅਹੁਦੇ ਵੱਖ ਵੱਖ ਮਿਨਿਸਟਰੀਆਂ ਉਹਨਾਂ ਨੇ ਹੰਢਾਈਆਂ ਤਾਂ ਜਲੰਧਰ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਸਵਾਲ ਕਰ ਰਹੇ ਆ ਕਿ 15 ਸਾਲਾਂ ਦੇ ਵਿੱਚ ਇੰਨੀ ਵੱਡੀ ਪਾਵਰ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੇ ਦਿੱਤੀ ਸੀ ਕਿਸੇ ਸਮੇਂ ਉਹਨੂੰ ਉਹਨਾਂ ਨੇ ਹੰਢਾਇਆ ਔਰ ਜਲੰਧਰ ਵੈਸਟ ਲਈ ਕੀ ਖਾਸ ਕੀਤਾ। ਅੱਜ ਲੋਕਾਂ ਦੇ ਜ਼ੁਬਾਨ ਦੇ ਉੱਤੇ ਹਰ ਇੱਕ ਦੇ ਉੱਤੇ ਇਹ ਸਵਾਲ ਅਸੀਂ ਜਿੱਤਾਂਗੇ। ਤੁਸੀਂ ਦੇਖ ਲਓ ਜੋਸ਼ ਕਿੰਨਾ ਕਾਰਜਕਰਤਾ ਦੇ ਵਿੱਚ, ਕਿੰਨੇ ਜੋਸ਼ ਦੇ ਨਾਲ ਅੱਜ ਸਾਰੇ ਨੋਮੀਨੇਸ਼ਨ ਦੇ ਲਈ ਅੱਜ ਇਕੱਠੇ ਹੋਏ ਆ ਤਾਂ ਇਹ ਜੋਸ਼ ਔਰ ਇਹ ਇਕੱਠ ਦੇਖ ਕੇ ਇੱਦਾਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਇੱਥੋਂ ਪਹਿਲੇ ਨੰਬਰ 'ਤੇ ਰਹੇਗੀ। ਚਲੋ ਲੋਕ ਤਾਂ ਚੰਗੀ ਗੱਲ ਆ, ਅਗਰ ਕੋਈ ਇਕੱਠਾ ਹੁੰਦਾ ਮੇਰਾ ਖਿਆਲ ਹੈ ਕਿ ਇਸ ਗੱਲ ਦੀ ਸ਼ਾਬਾਸ਼ ਵੀ ਲੋਕਾਂ ਨੂੰ ਦੇਣੀ ਚਾਹੀਦੀ ਹੈ। ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਲੰਧਰ ਵੈਸਟ ਦੀ ਤਰੱਕੀ ਦੇ ਲਈ, ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜਿਹੜਾ ਇਹ ਇਲੈਕਸ਼ਨ ਜਿੱਤਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਮੋਦੀ ਸਾਹਿਬ ਤੋਂ ਸਮਾਰਟ ਸਿਟੀ ਦੇ ਜਿਹੜੇ 1000 ਕਰੋੜ ਰੁਪਏ ਦੇ ਜਿਹੜੇ ਫੰਡ ਹੈ ਉਹ ਜਲੰਧਰ ਦੇ ਲਈ ਸਪੈਸ਼ਲ ਫੰਡ ਲੈ ਕੇ ਆ ਸਕੀਏ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।